ਐ ਕਰੋ ਫਿਰ ਖਿੰਡ ਕੇ ਜੇ ਲੰਘ ਜਾਓ ਸਾਰੇ ਆਪਣੇ ਟਿਕਾਣੇ ਤੇ ਮਿਲਦੇ ਆ ਚਲੋ ਤੁਸੀਂ ਠੀਕ ਆ ਬਾਈ ਦੀਦੀ ਲੱਗਦਾ ਪ੍ਰਿੰਸੀਪਲ ਨਾਲ ਹੀ ਗੱਲ ਕਰਨੀ ਪੈਣੀ ਹੈ ਤੂੰ ਫਿਕਰ ਨਾ ਕਰ ਮੈਂ ਗੱਲ ਕਰਦੀ ਹਾਂ ਪ੍ਰਿੰਸੀਪਲ ਨਾਲ ਕੀ ਨਾਮ ਦੱਸਿਆ ਦੀਦੀ ਆਰ ਪੀ ਸ਼ੁਕਲਾ ਗਾਂਧੀ ਗਾਂਧੀ ਨੀ ਦੀਦੀ ਆਰ ਪੀ ਸ਼ੁਕਲਾ ਤੂੰ ਚੁੱਪ ਕਰ ਪਿੰਕੀ ਉਹ ਦੇਖ ਗਾਂਧੀ ਯਾਰ ਗਾਂਧੀ ਹੈ ਤਾਂ ਫਿਰ ਕੀ ਚੱਲ ਉਹਦਾ ਕੰਮ ਕਰਵਾਈਏ ਤੇ ਚੱਲੀਏ ਕੰਮ ਤਾਂ ਹੁਣ ਗਾਂਧੀ ਕਰੂ ਨਾਲੇ ਜਿੱਥੇ ਗਾਂਧੀ ਉੱਥੇ ਤਾਂ ਐਕਸ਼ਨ ਪੱਕਾ ਹੀ ਹੋਊ ਪਾਸੇ ਹਟ ਜਾ ਚੇਅਰਮੈਨ ਦੇਖ ਲੈ ਇਹਨਾਂ ਦਾ ਓਏ ਡਿਪਾਰਟਮੈਂਟ ਕਿਹੜਾ ਤੇਰਾ ਓਏ ਆਪਣਾ ਆਈ ਕਾਰਡ ਵਿਖਾ ਉਹ ਸੁਣਿਆ ਨੀ ਤੈਨੂੰ ਆਈਡੀ ਕਾਰਡ ਕੱਢ ਖੜ ਜਾ ਨਹੀਂ ਗੋਲੀ ਕਰ ਦੂੰ ਵਿੱਚ ਦੀ ਉਹ ਦੇਖਦੇ ਕੀ ਹੋ ਚੱਕ ਲੋ ਸਾਲੇ ਨੂੰ ਉਹ ਬਾਈ ਇਹੋ ਜਿਹੇ ਜੇਬ ਕਤਰੇ ਦਾ ਕੀ ਪਤਾ ਜੇਬ ਚ ਕੱਟਾ ਕੁੱਟਾ ਲਈ ਫਿਰਦਾ ਹੁੰਦਾ ਐਵੇਂ ਠੋਕ ਦੂਗਾ ਓ ਬਾਈ ਬਚਾ ਲਾ ਓਏ ਨਹੀਂ ਰਗੜ ਦੇਣਗੇ ਮੈਨੂੰ ਉਹ ਹੁਣ ਆ ਕੌਣ ਆ ਹੱਥ ਪਾਉਣ ਤੋਂ ਪਹਿਲਾਂ ਇੱਕ ਗੱਲ ਸੋਚ ਲਿਓ ਗਾਂਧੀ ਆ ਮੈਂ ਖੰਨੇ ਵਾਲਾ ਗੱਡੀ ਖਰਾਬ ਹੋ ਗਈ ਹੈਰੀ ਲੱਗਿਆ ਹੋਇਆ ਠੀਕ ਕਰਨ ਉਹ ਹਾਂ ਉਸਤਾਦ ਕਿੰਨਾ ਕੁ ਟਾਈਮ ਲੱਗੂ ਬਜੇ ਦਾ ਪੰਪ ਬਹਿ ਗਿਆ ਟਾਈਮ ਲੱਗੂ ਯਾਰ ਲੈ ਕਹਿੰਦਾ ਪੰਪ ਬਹਿ ਗਿਆ ਟਾਈਮ ਲੱਗ ਜੂ ਐ ਕਰੋ ਤੁਸੀਂ ਪਹੁੰਚੋ ਟਿਕਾਣੇ ਤੇ ਅਸੀਂ ਪਹੁੰਚਦੇ ਫਿਰ ਇਧਰੋਂ ਉਹ ਤਾਂ ਕਹਿੰਦਾ ਗੱਡੀ ਖਰਾਬ ਹਾਂਜੀ ਸੀ ਯਾਰ ਬਾਈ ਗਾਂਧੀ ਉਹ ਜਿਹੜੀ ਪੁਲਿਸ ਕੁੱਟੀ ਸੀ ਨਾ ਤੁਸੀਂ ਉਸ ਚੱਕਰ 'ਚ ਆਪਣੇ ਸਾਰੇ ਬੰਦੇ ਚੱਕੇ ਗਏ ਐਂ ਕਿਵੇਂ ਚੱਕੇ ਗਏ ਬਾਈ ਨਾਲੇ ਮੈਂ ਕਿਹਾ ਸੀ ਵੀ 10-12 ਦਿਨ ਉਹਨਾਂ ਪਰਾ ਰਿਹੋ ਮੈਂ ਤਾਂ ਆਪ ਆ ਕੇ ਮੋਟਰ 'ਤੇ ਸੁਣਨਾ ਤੂੰ ਐਂ ਕਰ ਤੂੰ MLA ਨਾਲ ਗੱਲ ਕਰ ਨਾ ਨਾ ਬਾਈ MLA ਨਾਲ ਨਹੀਂ ਗੱਲ ਬਣਨੀ ਉਹਨੇ ਥਾਣੇਦਾਰ ਵਾਲੇ ਕੇਸ 'ਚ ਕਿਹੜਾ ਆਪਣੀ ਮਦਦ ਕੀਤੀ ਹੈ ਮੈਂ ਕਰਦਾ ਵੀ ਮੈਂ ਮੰਤਰੀ ਨਾਲ ਗੱਲ ਕਰਕੇ ਦੇਖਦਾ ਠੀਕ ਹੈ ਉਹ ਕਾਕਾ ਜੀ ਤੁਸੀਂ ਪੁਲਿਸ ਨੂੰ ਹੱਥ ਪਾਇਆ ਕੋਈ ਦੁੱਕੀ ਦਾ ਨਜਾਇਜ਼ ਨਹੀਂ ਕੁੱਟਿਆ ਸਾਰੇ ਪੰਜਾਬ 'ਚ ਪੁਲਿਸ ਦੀ ਥੂ ਥੂ ਹੋਈ ਪਈ ਆ ਹੁਣ ਫਿਰ ਪੁਲਿਸ ਨੇ ਵੀ ਤਾਂ ਕੋਈ ਖਾਨਾ ਪੂਰਤੀ ਕਰਨੀ ਹੋਈ ਦੇਖ ਬਈ ਇਸ ਕੇਸ 'ਚੋਂ ਛੁਡਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਖਾਲਾ ਜੀ ਦਾ ਵਾੜਾ ਤਾਂ ਅੱਧੇ ਪੰਜਾਬ ਦੇ ਕਾਲਜਾਂ ਦੀਆਂ ਪ੍ਰਧਾਨਗੀਆਂ ਲੈਣਾ ਵੀ ਨਹੀਂ ਸੀ ਮੰਤਰੀ ਸਾਹਿਬ ਰਹੀ ਗੱਲ ਪੁਲਿਸ ਦੀ ਉਹਨੇ ਗਾਲ ਕੱਢੀ ਸੀ ਉਹਨੂੰ ਸੁਧਾਰਨਾ ਜ਼ਰੂਰੀ ਸੀ ਤੂੰ ਸਾਰਿਆਂ ਨੂੰ ਸੁਧਾਰਨ ਦਾ ਠੇਕਾ ਲਿਆ ਪਹਿਲਾਂ ਤੈਨੂੰ ਥਾਣੇਦਾਰ ਵਾਲੇ ਕੇਸ 'ਚ ਮੈਂ ਤੱਤੀ ਵਾਰ ਨਹੀਂ ਲੱਗਣ ਦਿੱਤੀ ਜਾਣਦਾ ਉਹ ਕੌਣ ਸੀ ਉਹ MLA ਦਾ ਖਾਸ ਬੰਦਾ ਸੀ ਹੁਣ ਤੁਸੀਂ ਦੁਬਾਰਾ ਫਿਰ ਉਹੀ ਚੰਦ ਚਾੜਤਾ ਦੇਖੋ ਗਾਂਧੀ ਮੈਂ ਤਾਂ ਇੰਨਾ ਹੀ ਕਰ ਸਕਦਾ ਵੀ ਇਸ ਵਾਰ ਪੁਲਿਸ ਤੈਨੂੰ ਕੁਛ ਨਹੀਂ ਕਹੂ ਤੇ ਮੇਰੇ ਯਾਰ ਕਿਸੇ ਨੂੰ ਤਾਂ ਸਜ਼ਾ ਭੁਗਤਣੀ ਪਊ ਨਾਲੇ ਫਿਰ ਪੁਲਿਸ ਨੇ ਵੀ ਤਾਂ ਆਪਣਾ ਗੁੱਸਾ ਕੱਢਣਾ ਹੀ ਹੈ ਮਸਲਾ DGP ਤੱਕ ਪਹੁੰਚ ਚੁੱਕਾ ਚਾਰ ਦਿਨ ਰਹਿ ਲੈਣ ਦੇ ਉਹਨਾਂ ਨੂੰ ਅੰਦਰ ਠੀਕ ਆ ਮੰਤਰੀ ਸਾਹਿਬ ਫਿਰ ਮੈਂ ਵੀ ਉਹਨਾਂ ਕੋਲ 4 ਦਿਨ ਲਾ ਹੀ ਆਉਣਾ ਯਾਰ ਨੇ ਉਹ ਮੇਰੇ ਉਹਨਾਂ ਯਾਰਾਂ ਦੇ ਸਿਰ 'ਤੇ ਹੀ ਇਹ ਗਾਂਧੀ ਗਾਂਧੀ ਹੈ ਵਹਿਮ ਹੈ ਤੇਰਾ ਗਾਂਧੀ ਗਾਂਧੀ ਮੇਰੇ ਕਰਕੇ ਹੈ ਜਿਸ ਦਿਨ ਮੇਰਾ ਇਹ ਹੱਥ ਤੇਰੇ ਸਿਰ ਤੋਂ ਉੱਠ ਗਿਆ ਨਾ ਤਾਂ ਫਿਰ ਕਿਹੜਾ ਗਾਂਧੀ ਫਿਰ ਤੁਸੀਂ ਇਹ ਹੱਥ ਚੱਕ ਹੀ ਲਓ ਜੀ ਜੇ ਗਾਂਧੀ ਦਾ ਕੋਈ ਰੁਤਬਾ ਸੀ ਤਾਂ ਹੀ ਤੁਸੀਂ ਬੁਲਾਇਆ ਸੀ ਹੁਣ ਇਹ ਗਾਂਧੀ ਗਾਂਧੀ ਤੁਹਾਡੇ ਹੱਥ ਤੋਂ ਬਿਨਾਂ ਹੀ ਹੋ ਸਤਿ ਸ੍ਰੀ ਅਕਾਲ ਇੱਕ ਤਾਰਾ ਟੁੱਟਣ ਵਾਲਾ ਸਮਾਨ ਨੂੰ ਕੋਈ ਫਰਕ ਨਹੀਂ ਪੈਂਦਾ ਗਾਂਧੀ ਉਹ ਤੇਰੀ ਥਾਂ ਤਾਂ ਕੋਈ ਹੋਰ ਆਜੂ ਬਥੇਰੇ ਫਿਰਦੇ ਆ ਸਾਰਿਆਂ ਮੈਂ ਕਿਹਾ ਨਾ ਟਿਕਾ ਕੇ ਰੱਖ ਟਿਕਾ ਕੇ ਸਾਰਿਆਂ ਪੁਲਿਸ ਵਾਲਿਆਂ ਤੇ ਚੱਕਦੇ ਹੋਏ
ਸਾਲੇ ਤੁਹਾਡੀ ਸੇਵਾ ਤਾਂ ਟੱਕਾ ਕੇ ਹੋਣੀ ਚਾਹੀਦੀ ਹੈ। ਚੱਕ ਇਹਨੂੰ, ਓਏ ਚੱਕ ਤਾਂ ਨੂੰ, ਲੱਤਾਂ ਖਿੱਚ ਕੇ ਰੱਖੇ ਦੀਆਂ। ਓਏ ਲਿਆਓ ਦੂਜੇ ਨੂੰ ਪਾਓ ਲੰਮਾ, ਚੱਲ ਛੇਤੀ ਕਰ ਛੇਤੀ। ਮੇਰਾ ਬਾਬਲਾ ਸਮਝ ਰੱਖਿਆ ਪੁਲਿਸ ਨੂੰ ਤੁਸੀਂ? ਲਓ ਦੂਜੇ ਨੂੰ ਪਾਓ, ਦੂਜੇ ਨੂੰ ਲੈ ਕੇ ਆਓ। ਵੈਸੇ ਪੁਲਿਸ ਵਾਲਿਆਂ ਦਾ ਹਿਸਾਬ ਪੱਕਾ, ਸਭ ਨੂੰ ਮੰਡਵਾਂ ਪ੍ਰਸਾਦ ਮਿਲਦਾ। ਓਏ ਮਾਰ ਮਾਰ ਛਲਤੀ ਸਾਲਿਆਂ ਦੀ, ਫਿਰ ਵੇਖ ਕਿਵੇਂ ਦੰਦ ਕੱਢਦੇ ਆ ਸਾਲੇ। ਢੀਠ ਨਾ ਹੋਣ ਤਾਂ, ਜਿੰਨਾ ਚਿਰ ਮੈਨੂੰ ਗਾਂਧੀ ਦਾ ਪਤਾ ਨਹੀਂ ਨਾ ਦੱਸਦੇ, ਮੈਂ ਛੱਡਣਾ ਨਹੀਂ। ਗਾਂਧੀ ਚਾਹੀਦਾ ਮੈਨੂੰ ਗਾਂਧੀ। ਲੈ ਆ ਗਿਆ ਗਾਂਧੀ। ਓਏ ਇਹਨਾਂ ਨੂੰ ਪੇਸ਼ ਕਰਨ ਦੀ ਤਿਆਰੀ ਕਰੋ। ਜੀ ਜਨਾਬ। ਬਾਹਰ ਨਾਲੋਂ ਵਧੀਆ ਮਾਲ ਤਾਂ ਜੇਲ੍ਹ ਚ ਮਿਲਦਾ ਹੋਏ, ਨਜ਼ਾਰੇ ਹੀ ਲਿਆਉਂਦੇ ਪਏ ਨੇ। ਗਾਂਧੀ ਬਾਈ ਤੂੰ ਵੀ ਕਮਾਲ ਦਾ ਬੰਦਾ, ਸਾਡੇ ਨਾਲ ਹੀ ਜੇਲ੍ਹ ਚ ਆ ਗਏ। ਸਾਲੇ ਉਹ ਹੱਡਾਂ ਚ ਤਾਂ ਬੈਠੇ ਪਏ ਹੋ ਜਿੱਥੇ ਮੇਰੇ ਯਾਰ ਉੱਥੇ ਮੈਂ। ਸਾਲੀ ਇੱਕ ਗੱਲ ਦੀ ਸਮਝ ਨਹੀਂ ਆਈ ਬਾਈ, ਪੁਲਿਸ ਨੂੰ ਆਪਣਾ ਪਤਾ ਕਿਵੇਂ ਲੱਗਿਆ? ਮੇਰੇ ਮੂੰਹ ਚੋਂ ਨਿਕਲ ਗਿਆ ਸੀ। ਪਰ ਪੁਲਿਸ ਨੇ ਤੈਨੂੰ ਫੜਿਆ ਕਿਵੇਂ? ਉਹ ਮੈਂ ਐਸ ਆਈ ਦਾ ਪਿਸਤੌਲ ਮੋੜਨ ਥਾਣੇ ਗਿਆ, ਉਹਨਾਂ ਨੇ ਮੈਨੂੰ ਹੀ ਰੱਖ ਲਿਆ। ਓਏ ਹੁਣ ਇੱਥੋਂ ਕਿਵੇਂ ਨਿਕਲੀਏ? ਜੇ ਪਿੰਡਾ ਬਾਹਰ ਹੁੰਦਾ ਤਾਂ ਲਾਉਂਦਾ ਕੋਈ ਜਗਿਆੜ। ਓਹੋ ਉਹ ਤਾਂ ਸਾਲਾ ਕਿਸੇ ਹੋਰ ਪਾਸੇ ਫਸਿਆ ਫਿਰਦਾ। ਚਲੋ ਬਈ ਮੁੰਡਿਓ, ਜ਼ਮਾਨਤ ਹੋ ਗਈ ਤੁਹਾਡੀ। ਇਹ ਕੀ ਕਰ ਰਿਹਾ ਤੂੰ? ਆਪਣੀ ਔਕਾਤ ਨਾ ਭੁੱਲ। ਵਰਤ ਕੇ ਭੁੱਲ ਜਾਣ ਦੀ ਆਦਤ ਤੁਹਾਡੀ ਆ, ਮੈਂ ਤਾਂ ਯਾਦ ਕਰਾਉਣਾ ਆ। ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਰੁਪਿੰਦਰ ਗਾਂਧੀ ਖੰਨੇ ਵਾਲਾ। ਉਹ ਯਾਰ ਬੋਲ ਲੈਣ ਦਿਓ ਯਾਰ ਵੀਰੇ, ਬੋਲ ਲੈਣ ਦਿਓ ਇੱਕ ਮਿੰਟ। ਬਈਆ ਜਿਵੇਂ ਆ ਨੇਤਾ ਬੋਲਦੇ ਨੇ ਐਵੇਂ ਨਹੀਂ ਬੋਲਣਾ ਆਉਂਦਾ ਮੈਨੂੰ, ਮੈਂ ਜੋ ਵੀ ਬੋਲੂੰਗਾ ਦਿਲ ਤੋਂ ਬੋਲੂੰਗਾ। ਆਪਣੇ ਆ ਨੇਤਾ ਜੀ, ਆਪਣੇ ਆ ਮੰਤਰੀ ਜਿੰਨੇ ਬੈਠੇ ਨੇ ਇੱਥੇ, ਅੱਜ ਆ ਤੁਹਾਡੀ ਸਾਰਿਆਂ ਦੀ ਭੀੜ ਦੇਖ ਕੇ ਖੁਸ਼ ਬਹੁਤ ਹੁੰਦੇ ਹੋਣਗੇ। ਇਹਨਾਂ ਨੂੰ ਪਤਾ ਕੀ ਲੱਗਦਾ? ਇਹਨਾਂ ਲਈ ਤੁਸੀਂ ਮੈਂ ਸਾਰੇ ਮੁੰਡੀਰਾ ਭੀੜ ਵਧਾਉਣ ਵਾਲੀ, ਬਸ ਹੋਰ ਕੁਛ ਨਹੀਂ। ਵੀਰੋ ਇਹ ਨੇਤਾ ਲੋਕ ਸਾਡੇ ਵਰਗੇ ਸਟੂਡੈਂਟਸ ਨੂੰ 100-200 ਰੁਪਏ ਦੀ ਬੋਤਲ ਅਫੀਮ ਦੀ ਗੋਲੀ ਉਹਨਾਂ ਦੇ ਸਿਰ ਦੇ ਉੱਤੇ ਬੱਸਾਂ 'ਚ ਲਿਆਉਂਦੇ ਨੇ ਤੁੰਨ ਤੁੰਨ ਕੇ ਭਰ ਭਰ ਕੇ। ਇਹਨਾਂ ਨੂੰ ਲੱਗਦਾ ਕਿ ਸਾਡੀ ਕੋਈ ਔਕਾਤ ਨਹੀਂ, ਪਰ ਮੈਨੂੰ ਨਹੀਂ ਲੱਗਦਾ। ਮੈਨੂੰ ਲੱਗਦਾ ਇਹ ਜੋ ਕੁਛ ਵੀ ਨੇ ਤੁਹਾਡੇ ਕਰਕੇ ਨੇ। ਪਰਨੇ ਵਾਲੇ ਵੀਰ ਤੇਰੇ 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 ਕਰਕੇ ਨੇ, ਇਹ ਜੋ ਕੁਛ ਵੀ ਨੇ ਸਾਡੇ ਸਟੂਡੈਂਟਸ ਕਰਕੇ ਨੇ, ਇਹ ਜੋ ਕੁਛ ਵੀ ਨੇ ਰੁਪਿੰਦਰ ਗਾਂਧੀ ਕਰਕੇ ਨੇ। ਗਾਂਧੀ ਬਾਈ ਜਿੰਦਾਬਾਦ, ਗਾਂਧੀ ਬਾਈ ਜਿੰਦਾਬਾਦ, ਗਾਂਧੀ ਬਾਈ ਜਿੰਦਾਬਾਦ, ਗਾਂਧੀ ਬਾਈ ਜਿੰਦਾਬਾਦ, ਗਾਂਧੀ ਬਾਈ। ਖੜ ਜਾਓ, ਸ਼ਾਂਤੀ ਰੱਖੋ, ਖੜ ਜਾਓ। ਇੱਕ ਮਿੰਟ ਵੀਰੋ, ਇਹ ਨੇਤਾ ਲੋਕ ਨੌਜਵਾਨਾਂ ਨੂੰ ਪੁੱਠੇ ਸਿੱਧੇ ਕੰਮਾਂ 'ਚ ਵਰਤ ਕੇ ਉਹਨਾਂ ਦੇ ਪਿੱਛੇ ਜੋੜ ਦਿੰਦੇ ਨੇ, ਗੁੰਡਾ ਗੈਂਗਸਟਰ। ਜੇ ਤਾਂ ਇਹਨਾਂ ਦੇ ਕਹੇ ਮੁਤਾਬਕ ਚੱਲਦੇ ਰਹੋ ਤਾਂ ਠੀਕ, ਨਹੀਂ ਤਾਂ ਪਰਚੇ ਪਵਾ ਦਿੰਦੇ ਨੇ, ਲੱਤਾਂ ਤੜਵਾ ਦਿੰਦੇ ਨੇ, ਜਾਂ ਫਿਰ ਮਰਵਾ ਹੀ ਦਿੰਦੇ ਨੇ। ਪਰ ਇਹ ਰੁਪਿੰਦਰ ਗਾਂਧੀ ਕੋਈ ਗੁੰਡਾ ਜਾਂ ਗੈਂਗਸਟਰ ਨਹੀਂ ਹੈ, ਇੱਕ ਆਵਾਜ਼ ਹੈ। ਅੱਜ ਮੈਂ ਇਸ ਸਟੇਜ ਤੇ ਖੜਾ ਹੋ ਕੇ ਇੱਕ ਆਵਾਜ਼ ਦਿੰਦਾ ਕਿ ਹੁਣ ਅਸੀਂ ਆਹ ਰੈਲੀ ਵਾਲੀਆਂ ਕੁਰਸੀਆਂ ਨਹੀਂ ਭਰਨੀਆਂ, ਅਸੀਂ ਬੈਠਾਂਗੇ ਆਹ ਸਟੇਜ ਵਾਲੀਆਂ ਕੁਰਸੀਆਂ ਤੇ। ਜੇ ਲੋੜ ਪਈ ਤਾਂ ਬੈਠਾਂਗੇ MLA ਦੀ ਕੁਰਸੀ ਤੇ। ਗਾਂਧੀ ਬਾਈ ਜਿੰਦਾਬਾਦ, ਗਾਂਧੀ ਬਾਈ
ਸਾਡੀ ਕੁਰਸੀ ਤੇ ਬੈਠੇਗਾ। ਸਿਰ ਤਾਂ ਨਹੀਂ ਫਿਰ ਗਿਆ ਤੇਰਾ? ਸਿਰ ਫਿਰੇ ਇਤਿਹਾਸ ਬਣਾਉਂਦੇ ਨੇ ਮੰਤਰੀ ਸਾਹਿਬ। ਸਰਪੰਚ ਬਣਨ ਦੀ ਔਕਾਤ ਨਹੀਂ ਤੇਰੇ, ਮੰਤਰੀ ਬਣੇਗਾ। ਚਲੋ ਫਿਰ ਪਹਿਲਾਂ ਤੁਹਾਡੀ ਆਹੀ ਖੁਆਇਸ਼ ਪੂਰੀ ਕਰਦਾ।